ਬੀਤੀ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਤਰਫੋਂ ਜਨਸੰਪਰਕ ਪ੍ਰੋਗਰਾਮ ਜਿਹੜਾ ਹੈ, ਜਨਸੰਪਰਕ ਸੰਮੇਲਨ ਜਿਹੜਾ ਹੈ, ਚਾਰ ਮਰਲਾ ਕੁਆਟਰ ਦੇ ਵਿੱਚ ਪਠਾਨਕੋਟ ਵਿਖੇ ਕੀਤਾ ਗਿਆ ਸੀ, ਅਤੇ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਜਿਸਦਾ ਨਾਮ ਕਿ ਵਿਜੇ ਹੈ, ਉਸਦੇ ਵੱਲੋਂ ਕਾਂਗਰਸ ਪਾਰਟੀ ਦੇ ਨਾਲ ਪੁੱਛਣ ਆਏ ਗਏ ਸਵਾਲਾਂ ਨੂੰ ਲੈ ਕੇ ਉਹਨਾਂ ਦੀ ਕਹਾ ਸੁਣੀ ਹੋਈ ਸੀ, ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਉਹਨਾਂ ਨੂੰ ਧੱਕੇ ਮਾਰ ਕੇ ਸਟੇਜ ਤੋਂ ਉਤਾਰਿਆ ਗਿਆ ਸੀ। ਤਾਂ ਇਸ ਤੋਂ ਬਾਅਦ ਹੁਣ ਉਹਨਾਂ ਦੀ ਮਾਤਾ ਜੀ ਜਿਹੜੇ ਨੇ ਉਹ ਸਾਹਮਣੇ ਆਏ ਨੇ, ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਜਿਹੜਾ ਸਪੁੱਤਰ ਹੈ ਜਿਸਦਾ ਨਾਮ ਕਿ ਵਿਜੇ ਹੈ, ਉਹ ਮੈਂਟਲੀ ਡਿਸੇਬਲ ਹੈ, ਮੈਂਟਲੀ ਕਾਫੀ ਜ਼ਿਆਦਾ ਡਿਸਟਰਬਡ ਹੈ, ਜਿਸਦੀ ਵਜ੍ਹਾ ਦੇ ਨਾਲ ਉਸਨੇ ਅਜਿਹਾ ਜਿਹੜਾ ਹੈ ਕੱਲ੍ਹ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਅਤੇ ਆਏ ਹੋਏ ਸੁਖਜਿੰਦਰ ਰੰਧਾਵਾ ਅਤੇ ਅਮਿਤ ਵਿਜ ਦੇ ਨਾਲ ਅਜਿਹੀ ਕਹਾ ਸੁਣੀ ਉਹਨਾਂ ਦੀ ਹੋਈ। ਇਸ ਦੇ ਉੱਤੇ ਦਿਨੇਸ਼ ਵਿਖੀ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ, ਉਹਨਾਂ ਦੀ ਕੀ ਵਿਚਾਰਧਾਰਨਾ ਇਸ ਪੂਰੀ ਗੱਲਬਾਤ ਦੇ ਉੱਤੇ, ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਦੀ ਵੱਲੋਂ ਉਹਨਾਂ ਨੂੰ ਜਿਸਦਾ ਨਾਮ ਵਿਜੇ ਹੈ ਉਸ ਵਿਅਕਤੀ ਨੂੰ ਧੱਕੇ ਮਾਰੇ ਗਏ ਅਤੇ ਉਸ ਦੇ ਉੱਤੇ ਉਹਨਾਂ ਨੇ ਕੀ ਕਿਹਾ, ਆਓ ਦੇਖਦੇ ਹਾਂ ਸਮੇਂ ਦੀ ਵੱਡੀ ਖਬਰ। ਕੀ ਨਾਮ ਹੈ ਜੀ? ਸਵਰਨ ਕਾਂਤਾ। ਜਿਹੜੀ ਰਾਤੀ ਉੱਥੇ ਜਲਸੇ 'ਚ ਗੱਲਬਾਤ ਹੋਈ ਆ, ਉਹ ਕੀ ਲੱਗਦੇ ਨੇ ਤੁਹਾਡੇ? ਬੇਟਾ ਹੀ ਮੇਰਾ। ਹਾਂਜੀ। ਅਤੇ ਥੋੜ੍ਹੇ ਚਿਰ ਤੋਂ ਨਾ ਇਹ ਉੱਥੇ ਸੁਣਿਆ ਵੀ ਗਰਮ ਹੋ ਗਿਆ ਸੀ ਇਹ, ਹੈਂ, ਅਤੇ ਗਲਤ ਲਫਜ਼ੇ ਮਤਲਬ ਵੀ ਬੋਲਿਆ ਕਰਦਾ ਸੀ ਲੀਡਰਾਂ ਨੂੰ। ਇਹ ਥੋੜ੍ਹੇ ਚਿਰ ਦਾ ਨਾ ਇਹਦਾ ਐਕਸੀਡੈਂਟ ਹੋਇਆ ਸੀ ਅਤੇ ਦਿਮਾਗ ਨੂੰ ਸੱਟ ਲੱਗ ਗਈ ਅਤੇ ਉੱਥੇ ਥੋੜ੍ਹਾ ਡਿਸਟਰਬ ਹੈ ਦਿਮਾਗ ਤੋਂ। ਮੈਂ ਵੀ ਇਹਨੂੰ ਬੜਾ ਸਮਝਾਉਂਦੀ ਹਾਂ ਕਿਸੇ ਵੇਲੇ, ਅਤੇ ਮੈਨੂੰ ਵੀ ਪੈ ਜਾਂਦਾ ਸੀ, ਹੈਂ, ਦਿਮਾਗੋਂ ਨਾ ਥੋੜ੍ਹਾ ਜਿਹਾ ਸਥਿਰ ਨਹੀਂ ਆਏ, ਅਤੇ ਇਹਨੇ ਗਲਤ ਕੀਤਾ, ਜੋ ਕੁਛ ਕੀਤਾ ਗਲਤ ਕੀਤਾ, ਐਸਾ ਨਹੀਂ ਬੋਲਣਾ ਚਾਹੀਦਾ। ਸਾਰੇ ਐਮ ਐਲ ਏ ਬਹੁਤ ਵਧੀਆ ਨੇ, ਅਤੇ ਮੁੰਡਾ ਸਾਡਾ ਇਹ ਵਿੱਕੀ ਹੈ ਜਿਹੜਾ ਐਮ ਸੀ, ਬਹੁਤ ਵਧੀਆ ਬੱਚਾ ਹੈ ਸਾਡਾ। ਜਿਹੜਾ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਨਲਕੇ ਦੇ ਕਨੈਕਸ਼ਨ ਹਜੇ ਤੱਕ ਨਹੀਂ ਦਿੱਤੇ ਜਾ ਰਹੇ, ਕਹਿੰਦੇ ਮੈਂ ਤਾਂ ਆਪਣੀ ਗੱਲ ਰੱਖਣ ਆਇਆ ਸੀ, ਮੈਂ ਲੜਨ ਨਹੀਂ ਆਇਆ, ਉਹਦੇ ਬਾਰੇ ਕੀ ਕਹਿਣਾ ਜੀ? ਦੇਖੋ, ਗੱਲ ਰੱਖਣ ਆਇਆ ਅਤੇ ਗੱਲ ਦਾ ਤਰੀਕਾ ਹੁੰਦਾ, ਉਸ ਗੱਲ ਨੂੰ ਬੜੀ ਸਹਿਮਤੀ ਨਾਲ ਜਲਸਾ ਹੋ ਜਾਂਦਾ ਅਤੇ ਫਿਰ ਇਹ ਉਹਨਾਂ ਨਾਲ ਗੱਲ ਕਰਦਾ, ਹੈਂ, ਇਹ ਗਲਤ ਕੀਤਾ ਜੋ ਕੀਤਾ ਇਹਨਾਂ, ਮੈਂ ਤੈਨੂੰ ਗਲਤ ਸਮਝਾਂਗੀ, ਠੀਕ ਹੈ? ਹਾਂਜੀ ਵੀਰ ਭਾਈ, ਜਿਹੜੀ ਰਾਤੀ ਗੱਲਬਾਤ ਹੋਈ ਹੈ, ਕੀ ਕਹਿਣਾ ਜੀ ਉਹਦੇ ਬਾਰੇ? ਅਸਾਂ ਇਸ ਤਰ੍ਹਾਂ ਜੀ ਹੈ, ਤੁਸੀਂ ਉਹਦੇ ਮਦਰ ਕੋਲ ਪੁੱਛ ਲਿਆ ਹੋਣਾ ਹੈ, ਉਹਦੇ ਬ੍ਰਦਰ ਕੋਲ ਪੁੱਛ ਲਿਆ ਹੋਣਾ ਹੈ। ਇਹ ਐਕਚੁਲੀ ਪੂਰੀ ਵਾਰਡ ਦੇ ਵਿੱਚ ਇਹਦਾ ਇੱਕ ਵੀ ਕੋਈ ਦੋਸਤ ਨਹੀਂ ਹੈਗਾ, ਜਿਹਨਾਂ ਕੋਈ ਬੈਡ ਦਾ ਖਲੋੜਦਾ ਹੋਵੇ ਜਾਂ ਕੋਈ ਯਾਰੀ ਦੋਸਤੀ ਹੋਏ ਕਿਸੇ ਨਾਲ। ਇਹ ਇੰਪਲੋਈ ਹੈ, ਜਿੱਥੇ ਕਿ ਪਤਾ ਲੱਗ ਗਿਆ ਕਿ ਜਿੱਥੇ ਨੌਕਰੀ ਕਰਦਾ ਹੈ, ਇਹਦੇ ਅਫਸਰ ਇਹਨੂੰ ਘਰ ਰਹਿਣ ਦਿੰਦੇ ਵੀ ਘਰ ਹੀ ਰਹਿ ਯਾਰ, ਵੀ ਤੈਨੂੰ ਤਨਖਾਹ ਦੇ ਦਾਂਗੇ ਅਸੀਂ, ਇਸਦਾ ਜਿਹੜਾ 2 ਮਹੀਨੇ ਦੀ ਇਹਦੀ ਨੌਕਰੀ ਰਹਿ ਗਈ ਹੈ। ਔਰ ਇੱਕ ਇਹਨੇ 33 ਨੰਬਰ ਵਾਰਡ ਵਿੱਚ ਕੋਈ ਪਲਾਟ ਲਿਆ ਹੈ ਜਿੱਥੇ ਰਹਿ ਰਿਹਾ ਹੈ, ਉੱਥੇ ਨਾਲ ਸੀ ਏ ਅਨੰਤ ਜੀ ਕੋਈ ਰਹਿ ਰਹੇ ਨੇ, ਉਹ ਸੀ ਏ ਅਨੰਤ ਨੇ ਇੱਥੇ ਕੋਰਟ ਕੇਸ ਲਗਾਇਆ ਹੋਇਆ ਹੈ, ਜਿਹੜਾ ਕੋਈ ਸੀਵਰ ਨੂੰ ਲੈ ਕੇ ਕੋਈ ਐਂਡ ਦੀ ਉੱਥੇ ਡਿਸਟਰਬਿੰਗ ਹੈਗੀ ਉਹਨਾਂ ਨਾਲ, ਅਤੇ ਉਸ ਤੋਂ ਹੀ ਆਪ ਲੜਾਈ ਹੈ। ਮੇਰੇ ਕੋਲ ਵੀ ਕਈ ਵਾਰੀ ਆਏ ਨੇ ਕੰਮ ਲੈ ਕੇ, ਬਈ ਮੈਨੂੰ ਫਲਾਣਾ ਹਰ ਕੰਮ ਇਹਦਾ ਕਰੀਦਾ ਮੁੰਡੇ ਦਾ, ਪਰ ਇਹ ਬਰੇਨਲੀ ਇੰਨਾ ਕੁ ਜ਼ਿਆਦਾ ਅਪਸੈਟ ਹੋ ਗਿਆ ਹੈ ਕਿ ਇਹਦੇ ਨਾਲ ਕੋਈ ਬਹਿਸ ਵੀ ਨਹੀਂ ਸਕਦਾ, ਇਸ ਸ਼ਖਸ ਨਾਲ ਇੰਨਾ ਬਹਿਸ ਨਾਲ ਜਿਹੜਾ ਉਹ ਵੀ ਗੁਨਾਹ ਹੈਗਾ ਹੈ। ਇਹ ਪਿੱਛੇ ਵੀ ਇੱਕ ਫੰਕਸ਼ਨ ਹੋਇਆ ਸੀ ਪਹਿਲਾਂ ਵੀ ਵਾਰਡ ਵਿੱਚ, ਉੱਥੇ ਵੀ ਜਾ ਕੇ ਇਹਨੇ ਰੈਲੀ ਖਰਾਬ ਕਰਤੀ, ਇਹਦਾ ਕੰਮ ਰੈਲੀਆਂ ਜਾਣਾ, ਉੱਥੇ ਜ਼ੋਰ ਜ਼ੋਰ 'ਤੇ ਬੋਲਣਾ, ਆਪਣੀ ਗੱਲ ਸੁਣਾਉਣੀ ਔਰ ਭੰਗ ਕਰ ਦੇਣਾ ਫੰਕਸ਼ਨ ਨੂੰ ਬਸ। ਵਿਕੀ ਭਾਅ, ਕਿਤੇ ਨਾ ਕਿਤੇ ਉਹਨਾਂ ਨੂੰ ਧੱਕੇ ਜਿਹੜੇ ਸ਼ਰੇਆਮ ਮਾਰੇ ਗਏ ਸੀ ਸਟੇਜ ਤੋਂ, ਤੁਹਾਨੂੰ ਲੱਗਦਾ ਕਿਤੇ ਗਲਤ ਹੈ? ਨਹੀਂ, ਇਸ ਤਰ੍ਹਾਂ ਦਾ ਬਿਲਕੁਲ ਗਲਤ, ਮੈਂ ਤੁਹਾਡੀ ਮੰਨਣਾ ਗੱਲ, ਪਰ ਧੱਕੇ ਵਾਲਾ ਕੁਛ ਵੀ ਮੈਟਰ ਨਹੀਂ ਸੀਗਾ, ਇਹ ਗੱਲ ਕਰਨ ਦਾ ਤਰੀਕਾ ਗਲਤ ਹੋ ਗਿਆ ਸੀ, ਕਿਉਂਕਿ ਇੱਕ ਵੱਡਾ ਲੀਡਰ ਆਇਆ ਸਾਡਾ, 1.5 ਘੰਟੇ ਦੀ ਰੈਲੀ ਹੋਣੀ ਹੈ, 2-2, 3-3 ਘੰਟੇ ਲੋਕ ਬੈਠੇ ਦੇ ਆ, ਜੇ 1.5 ਘੰਟਾ ਇਹਦੀ ਕਿ ਗੱਲ ਉੱਥੇ ਚੱਲਦੀ ਰਹੇਗੀ ਅਤੇ ਰੈਲੀ ਕਿੱਦਾਂ ਸੰਪੰਨ ਹੋਏਗੀ,
ਇਹਨੇ ਬਹੁਤ ਜਾਂਦੇ ਜਿਹੜਾ ਵਰਡ ਯੂਜ਼ ਗਲਤ ਕਰਨੇ ਸ਼ੁਰੂ ਕੀਤੇ, ਫਿਰ ਇਹਨੂੰ ਬੜਾ ਪਕੜ ਕੇ ਅਸੀਂ ਜਦੋਂ ਕਿਹਾ ਵੀ ਜਦ ਨੀਚੇ ਚਲੋ ਬਈ ਬਾਅਦ 'ਚ ਗੱਲ ਕਰ ਲੈਂਦੇ ਸਾਈਡ 'ਤੇ ਹੋ ਕੇ, ਅਤੇ ਇਹ ਵਾਪਸ ਜਬਰਨ ਜ਼ਿਆਦਾ ਜਿਹੜਾ ਤਾਂ ਲੜਾਈ ਦੇ ਤੌਰ 'ਤੇ ਆਉਂਦੇ ਉਸ ਤਰ੍ਹਾਂ ਦੇ ਆਉਣ ਡਿਆ ਸੀ। ਉਹ ਧੱਕੇ ਦੇ ਬਜਾਏ ਇਹਨੂੰ ਸਿਰਫ ਇੱਕ ਸਾਈਡ 'ਤੇ ਲੈ ਕੇ ਸਮਝਾਇਆ ਗਿਆ ਵੀ ਨਹੀਂ ਇਸ ਤਰ੍ਹਾਂ ਨਹੀਂ ਕਰਨਾ।